कद्दू लो, पेठा लो, भिंडिया लो, आलू लो, गंडे लो, भाई लेनी है भाई सब्जी कोई कुड़िए? हां जी हां जी लेनी है। आ जाओ भाई। की पाना भाई? कद्दू है, भिंडिया, तोरी, पेठा, आलू, गंडे, नींबू। तोरियां की मैंने? तोरियां भाई 60 रुपए। ਬੜੀਆਂ ਮਹਿੰਗੀਆਂ ਨੇ ਕੋਈ। ਹੁਣ ਕੀ ਕਰੀਏ, ਮਹਿੰਗੀ ਆਉਂਦੀ ਹੈ ਹੁਣ। ਪੇਠਾ ਕਿੰਨੇ ਰੁਪਏ ਕਿਲੋ? ਪੇਠਾ 30 ਰੁਪਏ। ਅੱਛਾ, ਇਸ ਤੋਂ ਸਸਤਾ ਕੀ ਆ? ਆ ਬੈਂਗਣੀ ਜੀ ਕਿੰਨੀ? ਬੈਂਗਣੀ ਵੀ 50 ਆਈ। ਇਹ ਵੀ 50? ਆ ਭਿੰਡੀਆਂ 50 ਰੁਪਏ। ਸਬਜ਼ੀ ਤਾਂ ਬਾਲੀ ਮਹਿੰਗੀ ਭਾਈ, ਆ ਪਾਣੀ ਕਰਕੇ ਨਾ ਬਹੁਤ ਬੁਰਾ ਹਾਲ ਹੋ ਰਿਹਾ, ਸਬਜ਼ੀ ਮਹਿੰਗੀ ਹੈ ਬਾਲੀ ਹੈ। ਤੁਸੀਂ ਪੇਠਾ ਹੀ ਦੇ ਦਿਓ। ਠੀਕ ਹੈ ਜੀ। ਕਿੰਨਾ ਕਿਲੋ ਪਾਣਾ ਜੀ? ਹਾਂ ਕਿਲੋ ਕਿਲੋ ਕਿਦਾ ਕਰ ਦਿਓ, 4 ਤਾਂ ਜੀਆਂ। ਠੀਕ ਹੈ ਜੀ। ਥੋੜੀ ਜਿਹੀ ਹਰੀਆਂ ਮਿਰਚਾਂ ਪਾ ਦਿਓ ਨਾਲ। ਠੀਕ ਹੈ ਜੀ। ਲੋ ਜੀ ਆਲੂ ਕੱਟ ਲਓ। ਵੈਸੇ ਅੱਧਾ ਕਿਲੋ ਆਲੂ ਵੀ ਦੇ ਦਿਓ, ਕੱਲ ਨੂੰ ਕੰਮ ਆ ਜਾਣਗੇ। ਲੋ ਜੀ ਠੀਕ ਹੈ ਜੀ। 500 ਦਾ ਨੋਟ ਦਿੱਤਾ ਜੀ ਮੈਂ। ਅੱਛਾ, ਸੌਰੀ ਜੀ ਸੌਰੀ, ਭੁੱਲ ਗਏ। 30 ਰੁਪਏ ਕੱਟ ਲਓ, ਬਾਕੀ ਮੈਨੂੰ ਦੇ ਦਿਓ ਤੁਸੀਂ 470। ਅੱਜ ਤਾਂ ਥੋੜ੍ਹੇ ਦਿਨ ਚੜ੍ਹਾਤਾ, ਮੈਂ ਤਾਂ ਕੱਦ ਹੀ ਡਿੱਕੀ ਜਾਂਦੀ ਹਾਂ। ਬਸ ਬਾਈ ਕਈ ਪਿੰਡਾਂ 'ਚ ਜਾਣ ਕਰਕੇ ਨਾ। ਆ ਲਓ ਬਾਕੀ। ਠੀਕ ਹੈ ਜੀ, ਲੈ ਲਿਆ ਕਰੋ ਬਾਈ ਸਬਜ਼ੀ ਆਉਂਦੇ ਜਾਂਦੇ। ਕੋਈ ਨਾ ਜੀ, ਲੈ ਲਾਂਗੇ। ਕੀ ਹੋਇਆ ਵੇ ਜੱਸੇ ਤੈਨੂੰ? ਹਾਏ ਹਾਏ, ਕਾਹ ਤੋਂ ਕਰੀ ਜਾਂਦਾ? ਢਿੱਡ ਦੁਖੀ ਜਾਂਦਾ ਮੇਰਾ। ਫਿਰ ਦਵਾਈ ਲਿਆ ਜਾ ਕੇ ਡਾਕਟਰ ਕੋਲ? ਲਿਆਤੀ, ਦੁਕਾਨ ਬੰਦ ਤੀ। ਮੈਨੂੰ ਲੱਗਦਾ ਤੁਰਨ ਤੁਰਨ ਪੈ ਗਈ ਹੋਣੀ ਆ। ਤੂੰ ਆ ਕਰ, ਮੈਨੂੰ ਬੋਤਲ ਚ ਕੋਸਾ ਜਾ ਪਾਣੀ ਪਾ ਕੇ ਦੇ, ਮੈਂ ਢਿੱਡ ਲੈ ਸਕਦਾ। ਹੈ ਨਾ ਵੀ ਕੰਮ ਕਰਦਾ ਰਹਾ ਤਾਂ ਤਾ ਕਰਦਾ। ਕੰਮ ਕਿਉਂ ਨਹੀਂ ਕਰਿਆ ਮੈਂ? ਇਹਦਾ ਜ਼ੋਰ ਵਾਲਾ ਕੰਮ ਕਰਿਆ ਤੇ ਤੁਰਨ ਪੈਣ ਨੂੰ। ਕੱਲ ਮੈਂ ਇਸ ਨਹੀਂ ਸਮਾਈ, ਮੈਂ ਇਕੱਲੇ ਨੇ ਦਾ ਸਮਾਈ ਹੈ। ਆਪਦਾ ਭੈਣ ਦੀ ਟੋਲ ਵਾਲਾ ਮਨਦੀਪ ਡਾਕਟਰ ਬਣ ਕੇ ਕੱਛਾਂ 'ਚ ਦੇ ਕੇ ਹੱਥ ਸਾਈਡ 'ਤੇ ਖੜਾ ਰਿਹਾ। ਇਕੱਲੇ ਤੇਰੇ ਮੈਂ ਸਮਾਉਣਾ ਧਰਨ ਪੈ ਗਈ ਹੈ? ਹੋਰ ਕੋਈ ਕੰਮ ਕਾਰ ਜ਼ਰੂਰ ਲੱਲ ਰਹਾ ਮੈਂ। ਭਲੂਣ ਝੋਟੀ ਦੀ ਜ਼ੋਰ ਪਤਾ ਕਿੰਨਾ ਲਵਾਇਆ ਉਹਨੇ? ਮੈਂ ਕਹਨੂੰ ਨਹੀਂ ਸਮਾਈਆਂ ਭਲੂਣ ਝੋਟੀਆਂ ਹੈ? ਤੇਰਾ ਤਾਂ ਪਤਾ ਮੈਨੂੰ ਕਿਹੜੀਆਂ ਸਮਾਈਆਂ ਨੇ ਤੇ ਭਲੂਣ ਝੋਟੀਆਂ। ਮੇਰੀ ਗੱਲ ਸੁਣਨ ਵਾਲੇ ਕਰੀਏ ਗੱਲ ਕੋਈ ਜੱਸੇ ਅਗਨਣਾ ਤੂੰ ਤੇ ਨਾਲ? ਮੈਂ ਮੂੰਹ ਨਹੀਂ ਕਰੀ ਹੈਗੀ ਹੈ, ਮੈਂ ਨਹੀਂ ਕਰੀ। ਉਹ ਕੰਜਰ ਦਾ ਉਹ ਕਿਤੇ ਦਵਾਈ ਦਵੂਈ ਦਵਾ ਲੈਣਾ, ਜੇ ਕਿਤੇ ਲਾਂਬਾ ਲੂਬਾ ਹੋਰ ਆ ਗਿਆ ਤੇ ਸਿਆਪਾ ਖੜਾ ਕਰੀਆਂ। ਨਹੀਂ ਪਤਾ ਕਿਹਦੀ ਜਨਨੀ ਜੱਫਾ ਠੋਕਦੇ ਹੋ। ਦਵਾ ਤਾਂ ਲਿਆਵਾਂਗੇ ਜੇ ਜਾਵੇ ਵੀ ਤਾਂ ਹੀ ਹੈ। ਹੁਣ ਜਾ ਕੇ ਕੀ ਉਹ ਆਪੇ ਤਿਆਰ ਹੋ ਜੂਗਾ ਉਹ? ਹੈ, ਹੁਣ ਪੁੱਛਣਾ ਕਰਨਾ ਪਊਗਾ, ਤੇਰੀ ਤੀਵੀ ਨੂੰ ਪੁੱਛ ਲੈ, ਇਹ ਮਨਾ ਲੂ ਮਣਾ ਮੋਟਾ ਨੂੰ। ਪ੍ਰੀਤ, ਮੇਰੀ ਗੱਲ ਸੁਣੋ ਰਿਆ। ਉਹੀ ਗੱਲਾਂ ਅਸੀਂ ਤੂੰ ਤੈਨੂੰ ਤਨਵਲੇ ਲੈ ਕੇ ਜਾਵਾਂਗੇ। ਉਹਦੇ ਬਿਜਲੀਆਂ ਬੁੱਝ ਗਿਆ, ਉਹ ਬੌਲੀਆਂ ਦਾ ਮਰ ਜਾਂਦਾ, ਉਹ ਹਲੇ ਕਹਿੰਦੀ ਕੀ ਹੋਇਆ ਜੱਸੇ? ਉਹ ਤਾਂ ਭੋਲਾ ਹੈ। ਭੋਲਾ ਕਾਣੂ ਆ ਯਾਰਾ, ਕੋਈ ਮਰ ਜਾਂਦੀ ਹੁੰਦੀਆਂ ਤਾਂ ਇੱਥੇ ਕਿਤੇ ਕਿਤੇ ਕਿਸੇ ਨਾਲ ਠੜੀ ਡਾਂ ਖੜਕਾ ਦੂਗਾ, ਕਿਤੇ ਤੀਮੀ ਤਾਂ ਮੈਨੂੰ ਜੱਫਾ ਠੋਕਦਾ, ਉਹਨੇ ਔਖਾ ਹੋ ਜੂਗਾ। ਹੈ, ਮੇਰੀ ਗੱਲ ਸੁਣ, ਇੱਕ ਵਾਰ ਲਵਾ ਲੈ ਹੁਣਾ, ਕੀ ਪਤਾ ਠੀਕ ਹੋ ਜੇ, ਫਰਕ ਪੈ ਜੇ। ਜੱਸੇ ਤੂੰ ਮੈਨੂੰ ਦੱਸ, ਜਿੱਦਣ ਦਾ ਆਇਆ ਕਿਸੇ ਦਿਨ ਇੱਟਾਂ ਵੱਟੇ ਮਾਰੇ ਨੇ, ਗੱਲ ਹੀ ਕਰਦਾ ਇੱਟਾਂ ਵੱਟੇ ਕਸਰ ਰਹਿ ਗਈ ਭੈਣ ਦੀ, ਉਹਦੇ ਨਾਲੀ ਚਿੱਟੀ ਮਾਰ ਕੇ ਆਇਆ, ਹੋਰ ਕੀ ਮਾਰ ਕੇ ਆਇਆ ਉਹ। ਉਹਨੂੰ ਕਹਿੰਦਾ ਕਹਿੰਦਾ ਮੈਨੂੰ ਉਹਦੇ ਦੇ ਕਿਸ ਦੇ ਦੇ, ਹੋਰ ਸਾਰਾ ਬੌਲੇ ਦੇ ਸਿੰਗਲ ਲੱਗੇ ਹੁੰਦੇ ਨੇ। ਮੈਂ ਤਾਂ ਸਿੱਧਾ, ਤੂੰ ਵੀ ਬਸ ਮਕਲਾ ਬਸ ਸਿੱਧਾ, ਜੇ ਭੈਣ ਦਰਦੀ ਠੀਕ ਹੋਣ ਦਿੰਦਾ ਉਹ ਤੂੰ ਨਹੀਂ ਹੋਣ ਦਿੰਦੀ ਭਾਈ। ਇਹ ਤਾਂ ਦਿਮਾਗ ਨਹੀਂ ਖਰਾਬ ਹੈਗਾ ਵੀ ਅਸੀਂ ਇੱਥੇ ਨੂੰ ਜਨੂੰ ਜਮਾ ਕਰਾਵਾਂਗੇ ਪਾਗਲਖਾਨੇ 'ਚ? ਹੈ, ਹੋ ਸਕਦਾ ਉਹ ਡਾਕਟਰ ਨੂੰ ਦਿਖਾ ਲਿਆਵਾਂਗੇ, ਦਿਖਾ ਲਿਆਵਾਂਗੇ, ਕੋਈ ਦਵਾਈ ਟੈਸਟ ਟੁਸਟ ਜਾ ਕਰਾ ਲਿਆਵਾਂਗੇ ਤਾਂ ਕੋਈ ਆਹੋ ਜਾਂ ਮੇਰੀ ਗੱਲ ਸੁਣ, ਉਹਦੇ ਨਾਲ ਕਰ ਗੱਲ, ਉਹਨੂੰ ਮਨਾ। ਸਾਡੇ ਕਹੇ ਤੋਂ ਨਹੀਂ ਮੰਨਣਾ ਭਾਈ, ਤੂੰ ਮਨਾ ਉਹਨੂੰ ਮਾੜਾ ਮੋਟਾ। ਆਹੋ ਉਹਨੂੰ ਕੁਛ ਕਹਿ ਦੇ, ਜੱਸੇ ਨਿਆਣ ਮਾਤਾ ਉਹਦੀ ਕਾਣੂ, ਤੂੰ ਜਿੱਦ ਮਕਲਾਵਾ ਨਿਆਣ ਮਾਤਾ ਹੈ ਭਾਈ, ਦਾ ਦਾੜੀ ਤੇ ਦੋ ਧੌਲੇ ਆਣ ਵਾਲੇ ਉਹਰੇ ਨੇ, ਨਹੀਂ ਤਾਂ ਸਿੱਧੀ ਤਰ੍ਹਾਂ ਮੰਨਣਾ ਵੀ ਨਹੀਂ ਹੈਗਾ, ਮੈਨੂੰ ਕੋਈ ਬਹਾਨਾ ਮਾਰਨਾ ਪੈਣਾ ਫਿਰ। ਤੂੰ ਕਾਹ ਨੂੰ ਮਨਾਣ ਵਾਲੇ, ਮੈਨੂੰ ਉਹ ਲਿਆ ਯਾਰ, ਤੂੰ ਬੋਤਲ 'ਚ ਪਾਣੀ ਪਾ ਕੇ ਜਾ ਬਾਜ ਜਾ। ਆਹੋ ਕਰਦੀਆਂ ਮੈਂ, ਜਾ ਉਹਦੇ ਗੱਲ ਕਰ, ਬੋਤਲ ਦੇ ਪਾਣੀ ਨਾਲ ਕੀ ਹੋਊਗਾ, ਖੜਾ ਹੋ, ਡਾਕਟਰ ਦੇ ਦਵਾਈ ਦਵਾ ਕੇ ਲਿਆ ਮੈਂ ਤੈਨੂੰ। ਡਾਕਟਰ ਹੈ ਨਹੀਂ ਗਿਆ ਤੀਗਾ, ਹੈ ਗਿਆ ਤੀ ਹੈ ਨਹੀਂਗਾ, ਮੇਰੀ ਇੱਧਰ ਫੱਕੀ ਬਣਾਈ ਪਈ ਹੈ। ਉਹ ਬਸ ਹੋਏ ਭੈਣ ਦੀ, ਹੋਰ ਨਾਰਾ ਇਕੱਠੀਆਂ ਹੋ ਜਾਣਗੀਆਂ ਦਰੀਆਂ ਫੱਕੀ ਨਾਲ, ਬਸ ਮੈਨੂੰ ਨਹੀਂ ਲੋੜ ਪਈ ਫੱਕੀ ਪਾਇਆ ਹੋਇਆ।
मेरी गल सुन मना गड्डी फोन कर देना गड्डी लेके आयो ड्राइवर अपन लै चल कुछ भौकी जा करो कड्डन पाने होर केलिया का जूस पी लिया कर माड़ा मोटा बहाना ला दी कोई कितने होर जाना चल मैं आहो दसी फिर ठीक तू ते लदा हाले तक सुता पिया उठा ही नहीं तू ते बे उठ जा दस रात नूं पग बन के ही सो जांदा तू ते बे उठ तां सही तैनूं इक गल दसनी है छेती उठ की है यार पर भी नहीं दंदे उठ के बैठा मेरी गल सुन ध्यान नाल तेरे जीजे नाल जा तैयार हो जा नाले नहा धो के क्यों गुरुद्वारे जाना ना हाँ। तेरे वास्ते कुड़ी देखन जा रहे ने कदों आज हुण मैं दसी नहीं हैगा पहला तैनू नहीं दस्या तेरे जीजे ने ना भाई ले चल फटाफट उठ के ना के तैयार हो जा आई कुड़ी नु तां पुछ लो भी देखना तैनू का किवें ओ आप ही गल कर लूगा बस तू तैयार होके भाग जा कहंदे बड़ी सोहनी सनखी कुड़ी आ संगरूर है हां पढ़दी आ सुख नाल खरगोश वर्गी तेरा जीजा कहंदा सी कहंदा बाली सोहनी कुड़ी आ भाभी नाल फेर करा लूंगा पहले इहदे नाल ही करा लेना गा हां पहले इहदे नाल करा हैं भाभी नाल 6 महीने ठहर के करा लूंगा कहंदा तोते नाल बड़ी सोहनी लगूगी खड़ी की कम करती हैगी पढ़दी आ पर तो पढ़दी आ जे न्याणी आ बेचारी दी क्यों पढ़ाई खराब करनी मैं कानू तेरे हाण दी आ कहंदे बाज भी बड़ी सोहनी आ कोल वर्गी ना भी मैं गायकनी नाल कराऊंगा मैं तां फिर उनू गाना सिखा ली ਐਡੀ ਸੋਹਣੀ ਤਾਂ ਬਾਜ ਹੈ ਉਹਦੀ ਹਾਂ ਇਹ ਵੀ ਗੱਲ ਸਹੀ ਅੱਜ ਕੱਲ ਤੈਨੂੰ ਪਤਾ ਬਾਜ ਦੇ ਪਰ ਮੇਰੇ ਸ਼ਰਤਾਂ ਨੇ ਬਣੇ ਕੁਛ ਸਟੇਜ ਤੇ ਸ਼ਕਲ ਵੀ ਦੇਖੀ ਜਾਂਦੀ ਆ ਮੇਰੀਆਂ ਸ਼ਰਤਾਂ ਨਹੀਂ ਆ ਸ਼ਕਲਾਂ ਸੁਕਲਾਂ ਚ ਤਾਂ ਕੀ ਰੱਖਿਆ ਪਰ ਬਾਜ ਵਧੀਆ ਹੋਣੀ ਚਾਹੀਦੀ ਆ ਮੇਰੀਆਂ ਦੋ ਤਿੰਨ ਸ਼ਰਤਾਂ ਨੇ ਇੱਕ ਤਾਂ ਕੁੜੀ ਸਿਆਣੀ ਹੋਵੇ ਅੱਛਾ ਹਾਂ ਇੱਕ ਤਾਂ ਸਿਆਣੀ ਹੋਵੇ ਘਰ ਸਾਂਭਦੀ ਹੋਵੇ ਹੈ ਤੇ ਪੜ੍ਹੀ ਲਿਖੀ ਭਾਵੇਂ ਘੱਟ ਹੋਵੇ ਪਰ ਆਗਿਆਕਾਰੀ ਹੋਵੇ ਮੇਰੇ ਲਈ ਘੱਟ ਲੋਇਲ ਹੋਵੇ ਪਰ ਮੇਰੇ ਮਾਂ ਪਿਓ ਲਈ ਵੱਧ ਹੋਵੇ ਸਿਆਣਾ ਆਏ ਚੱਕਰ ਹਾਂ ਕਿਤੇ ਐਵੇਂ मेरे ਲਈ ਰੋਇਲਾ ਤਾਂ ਮੇਰੇ ਲਈ ਰਹਿਣੀ ਚਾਹੀਦੀ ਉਹ ਮੈਂ ਵੀ ਕਿਉਂਕਿ ਸਾਥੀ ਇੱਕ ਵਾਰੀ ਚੁਣਿਆ ਜਾਂਦਾ ਜ਼ਿੰਦਗੀ ਦੇ ਵਿੱਚ ਹਾਂ ਕਿਉਂਕਿ ਬਾਰ ਬਾਰ ਨੀ ਇਦਾਂ ਦੀ ਸਟੈਪ ਚੱਕੇ ਜਾਂਦੇ ਹੁੰਦੇ ਸੋਚ ਸਮਝ ਕੇ ਕਰਾਉਣਾ ਚਾਹੀਦਾ ਵਿਆਹ कुर्ता चादरा सिंगर ਜਿਹੜੇ ਤੈਨੂੰ ਸੋਹਣੇ ਲੱਗਦੇ ਚਿਮਟਾ ਲੈ ਕੇ ਜਾਊਂਗਾ ਨਾਲ ਚੱਲ ਉੱਠ ਜਾ ਚੱਲ ਮੈਂ ਤੇਰੇ ਵਾਸਤੇ ਚਾਹ ਬਣਾਉਣੀ ਆ ਹਾਂ ਤੂੰ ਚਾਹ ਬਣਾ ਮੈਂ ਥੋੜਾ ਜਿਹਾ ਹੋਰ ਪੈ ਜਾ ਮੈਂ ਨਾ ਸੋ ਹਾਂ ਛੇਤੀ ਤਿਆਰ ਹੋ ਜਾ ਤੇਰਾ ਇੰਤਜ਼ਾਰ ਕਰੀ ਜਾਂਦੇ ਨੇ ਬਾਹਰੋਂ ਤਾਂ ਅੱਛੀ ਹੈ ਜੀ ਹਾਂ ਚੱਲ ਆ ਜਾ ਕਿੱਥੇ ਤੂੰ ਫਟਾਫਟ ਨਾ ਮੈਂ ਤੇਰੇ ਵਾਸਤੇ ਫਟਾਫਟ ਚਾਹ ਬਣਾਉਣੀ ਆ ਆਈ ਬੇਬਲਾਉ ਪਿੰਡ ਦਾ ਪੌਂਗਾ ਵੇਖੀ ਕਾਪਲਾ ਤੂੰ ਗਾਲਾ ਯੱਤ ਦਾ ਜੀ ਬੈਗਣਾ ਦੀ ਡਾਰ ਨਾਲ ਡੋਲੀ ਆਈ ਕਾਰ ਹੋ ਜੀ ਬੈਗਣਾ ਦੀ ਡਾਰ ਨਾਲ ਡੋਲੀ ਆਈ ਕਾਰ ਹੋਣਾ ਜਦੋਂ ਹਾਏ ਹੋਏ ਵਿਆਹ ਯੱਤਦਾ ਢੋਲਾ ਬੇ ਢੋਲਾ ਚੱਲ ਦੇਖ ਤੇ ਚੱਲੀਏ ਆਗੀ ਸੰਗਦਾ ਰਹਿੰਦਾ ਓਏ ਹਾਂ ਆਗੀ ਸੰਗਦਾ ਰਹਿ ਕੋਈ ਚੱਲ ਦੇ ਕੱਪੜੇ ਪਾ ਲੈ
ਤੂੰ ਵੀ ਪਾਲਾ ਕੱਪੜੇ ਪਿਆਰ ਤਾਂ ਹੋਇਆ ਨਹੀਂ ਤੂੰ ਕਿਹੜੇ ਵੇਲੇ ਪਹੁੰਚਾਂਗਾ ਉੱਥੇ ਕੁੜੀ ਵਾਲੇ ਖੜੇ ਹੋਣੇ ਅਹੀਂ ਜਾਣਾ ਮੈਂ ਤਾਂ ਕੋਈ ਅਹੀਂ ਜਾਊਂਗਾ ਮੈਂ ਉਹ ਮੇਰੀ ਗੱਲ ਸੁਣ ਪਤਾ ਤੂੰ ਆਮ ਜਿਹੜੇ ਸਿੱਧਰੇ ਪੁੱਧਰੇ ਕੱਪੜੇ ਉਹ ਪਾਲਾ ਨਾ ਪਾ ਪੁੱਤ ਨਾਲੇ ਆ ਤਾਂ ਰਾਹ ਕਦੋਂ ਚੱਕਿਆਗਾ ਓ ਯਾਰ ਉਹਨਾਂ ਨੂੰ ਫੇਰ ਹੀ ਪਤਾ ਲੱਗੂਗਾ ਵੀ ਸਿੰਗਰ ਆ ਮੁੰਡਾ ਉਹ ਦੱਸ ਰੱਖਿਆ ਵੀ ਤੂੰ ਸਿੰਗਰ ਹੈ ਫਿਰ ਮੈਂ ਨਹੀਂ ਇਹਨਾਂ ਤੋਂ ਬਿਨਾ ਨਹੀਂ ਜਾਂਦਾ ਮੇਰੇ ਕੱਪੜੇ ਇਹ ਨੇਗੇ ਚੱਲ ਕੋਈ ਨਾ ਬਾਗਿਆਂ ਦੇ ਜਿਹੜੇ ਪਾਉਂਦਾ ਪਾ ਲੈ ਆਪਾਂ ਜਾਂਦੇ ਨਹੀਂ ਕਿ ਜਾਨੀ ਆ ਹੁਣ ਤੈਨੂੰ ਕੀ ਹੋ ਗਿਆ ਭੈਣੇ ਮਸਾ ਦਾ ਸਗਨਾ ਦਾ ਦਿਨ ਆਇਆ ਮਸਾ ਦਾ ਵਿਆਹ ਹੋਊਗਾ ਮੇਰਾ ਉਹੀ ਬੁੱਕਣ ਲੱਗੀ ਨਾ ਤੂੰ ਤਿਆਰ ਤਿਰ ਹੋ ਜਾ ਕੇ ਟਿੱਕਾ ਟੁੱਕਾ ਲਾ ਲੈ ਉਹ ਇਹ ਨਹੀਂ ਜਾਂਦੀ ਆਪੇ ਜਾਂਦੀ ਪੁੱਤ ਆਪੇ ਜਾਂਦੀ ਕਿਉਂ ਉਹ ਇਹ ਕੀ ਕਰੂਗੀ ਮੈਂ ਸੂਈ ਉੱਥੇ ਰਾਖੀ ਰੱਖੂ ਇਹ ਘਰੇ ਉਹ ਸਾਰੀ ਫੈਮਿਲੀ ਜਾਣਾ ਦੀ ਯਾਰ ਉਹ ਫੈ ਪੁੱਤ ਅੱਜ ਦੇਖਣੀ ਜਾਵਾਂਗੇ ਪੁੱਤ ਅੱਜ ਤੈਨੂੰ ਕੁੜੀ ਦਿਖਾਵਾਂਗੇ ਜੇ ਤੇਰੀ ਕੁੜੀ ਜਿੰਨੇ ਸਿੰਗਰਾਂ ਦੇ ਵਿਆਹ ਹੋਏ ਨੇਗੇ ਜਾਨੀ ਦਾ ਵਿਆਹ ਹੋ ਗਿਆ ਬੀ ਪ੍ਰਾਗ ਦਾ ਵਿਆਹ ਹੋ ਗਿਆ ਹੈਪੀ ਰਾਜਕੋਟੀ ਦਾ ਬੀਤ ਬਲਜੀਤ ਦਾ ਜਿੰਨਿਆਂ ਦੇ ਵਿਆਹ ਹੋਏ ਨੇ ਜੀ ਖਾਨ ਦਾ ਹੋ ਗਿਆ ਚਿਮਟੇ ਲੈ ਕੇ ਜਾਂਦੇ ਨੇ ਉਹ ਚਿਮਟੇ ਲੈ ਕੇ ਚਿਮਟੇ ਨਹੀਂ ਲੈ ਕੇ ਜਾਂਦੇ ਸਾਰੇ ਫੈਮਿਲੀ ਲੈ ਕੇ ਜਾਂਦੇ ਨੇ ਸਟੇਟ ਸਮਾਂ ਵੀ ਲੈ ਕੇ ਜਾਂਦੇ ਫੈਮਿਲੀ ਬੁੱਗੇ ਮੇਰੀ ਗੱਲ ਸੁਣ ਅੱਜ ਆਪਾਂ ਗੱਲੀ ਪੂਰੀ ਦੇਖ ਕੇ ਆਵਾਂਗੇ ਹਫਤੇ ਕ ਤੱਕ ਆਪਾਂ ਫਿਰ ਆਪਾਂ ਖੰਮਣੀ ਬੰਨੇ ਆਵਾਂਗੇ ਹੈਂ ਆਹੋ ਉਹਦੇ ਵਾਂਗ ਚੁੱਕੀ ਹੈ ਹੈਂ ਘਰੇ ਵੀ ਕੋਈ ਹੋਣਾ ਚਾਹੀਦਾ ਮੈਂ ਆ ਤਾਂ ਬਾਅਦ ਦੇਖਣ ਜਾਵਾਂਗੇ ਤੈਨੂੰ ਉਹਨਾਂ ਨੂੰ ਦਿਖਾਵਾਂਗੇ ਬਸ ਅੱਜ ਕੁੜੀ ਲਵੇ ਦਾ ਬਿਠਾ ਕੇ ਗੱਲਾਂ ਕਰੂ ਮੋਦੀ ਦਾ ਮੈਂ ਉਹਦੇ ਨਾਲ ਸਾਰੀਆਂ ਗੱਲਾਂ ਵੀ ਜੇ ਮੈਂ ਗਾਵਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਕਹਿੰਦੀ ਮੈਨੂੰ ਸਿੰਗਰੀ ਚਾਹੀਦਾ ਤਾਂ ਹੀ ਤਾਂ ਤੇਰਾ ਰਿਸ਼ਤਾ ਭੇਜਿਆ ਫਿਰ ਤਾਂ ਹੀ ਨਾ ਮੈਂ ਕੱਪੜੇ ਬਣਾ ਤੁਸੀਂ ਕਹਿੰਦੇ ਲਹਾ ਦੋ ਲਹਾ ਦੋ ਉਹ ਤੈਨੇ ਕਿਹੜੇ ਗ੍ਰਾਮ ਤੇ ਫੋਟੋ ਪਾਈ ਹੋਈ ਹੈ ਨੇ ਉਹ ਤਾਂ ਦੇਖ ਲਈ ਕੁੜੀ ਨੇ ਇੰਸਟਾਗ੍ਰਾਮ ਉੱਥੋਂ ਚੱਕਿਆ ਮੈਨੂੰ ਉਹਨੇ ਹਾਂ ਉਹ ਪੁੱਤ ਆ ਗੂਟ ਨਾ ਪਾ ਓਏ ਉਹ ਪਾਲਾ ਦੂਜੀ ਜੁੱਤੀ ਨੋ ਕਾਲੀ ਤੇਰੀ ਲਾ ਦੇਖੀ ਮੈਂ ਤਾਂ ਉਵੇਂ ਜਾਊਂਗਾ ਜਿਵੇਂ ਦਲਜੀਤ ਨੀ ਚਿੱਟੇ ਬੂਟ ਪਾ ਕੇ ਕਚੀਲਾ 'ਚ ਜਾਂਦਾ ਹੁੰਦਾ ਆਪਾਂ ਕਚੀਲਾ ਨਹੀਂ ਜਾਣਾ ਆਪਾਂ ਕੁੜੀ ਦੇਖਣ ਜਾਣਾ ਕੁੜੀ ਦੇਖਣ ਦਾ ਜਾਣਾ ਜਦੋਂ ਉੱਥੇ ਜਾ ਕੇ ਕਿਹਾ ਉਹ ਕਿਵੇਂ ਆ ਪੰਜਾਬੀ ਆ ਗਏ ਹੋ ਮਾਈਕ ਓਏ ਬਸ ਓਏ ਬਸ ਚੌਕੀ ਭਰਨ ਲੱਗ ਗਿਆ ਉਰੇ ਹਾਏ ਵੀ ਕਿਉਂ ਮੈਂ ਛੱਡੇ ਜਾ ਰਹੇ ਤੇ ਤੇਰੀ ਓਏ ਹੈ ਅਰੇ ਸਾਡਾ ਚਿਕਦੀ ਨਹੀਂ ਹੁੰਦਾ ਓਏ ਕਾਣੂ ਇਹਦੇ ਤੁਸੀਂ ਕਿਉਂ ਮਾਰਦਾ ਤੂੰ ਇਹਨੂੰ ਕਾਣੂ ਇਹਦੇ ਬਸੋਂ ਗੱਲ ਬਾਹਰ ਹੋ ਰਹੀ ਹੈ ਇਹਦੇ ਕੋਈ ਬਸ ਦੀ ਗੱਲ ਨਹੀਂ ਹੈਗੀ ਓਏ ਆ ਜਾ ਯਾਰ ਜੇ ਜਾਣਾ ਮੈਂ ਤਾਂ ਗੱਡੀ 'ਚ ਬਹਿਣਾਗਾ ਜਾ ਬਹਿ ਜਾ ਆ ਗਿਆ ਬਹਿ ਜਾ ਪੁੱਤ ਆ ਗਿਆ ਆ ਗਿਆ ਐ ਦੇ ਆਲੇ ਨੇ ਕੀ ਜੂਸ ਕੱਢਿਆ ਭਾਈ ਤੂੰ ਹੈ ਤੇਰੇ ਕੀ ਹੋ ਗਿਆ ਹੁਣ ਓ ਕੁੜੀਏ ਮੇਰੀ ਗੱਲ ਸੁਣ ਸਮਾਂ ਦੀ ਵਧੀਆ ਦਵਾਈ ਦਵਾ ਲੈ ਮੈਂ ਆਪਾਂ ਨੂੰ ਠੀਕ ਹੋ ਜੂਗਾ ਇਹ ਐ ਦੇਖੋ ਇਹਨਾਂ ਜਾਦੇ ਉੱਪਰ ਦੀ ਹੋਇਆ ਪੈਗਾ ਭਾਈ ਇਹ ਮੇਰਾ ਐਡਾ ਸੋਹਣਾ ਸੁਨੱਖਾ ਭਰਾ ਕਿੱਥੇ ਅੱਜ ਉਹਨੇ ਜਾਣੇ ਚੜਨਾ ਸੀ ਝੂਠ ਬੋਲ ਕੇ ਉਹਨੂੰ ਪਾਗਲਖਾਨੇ ਲੈ ਕੇ ਜਾ ਰਹੇ ਉਹਨੂੰ ਤਾਂ ਇਹ ਵੀ ਨਹੀਂ ਪਤਾ ਮੈਨੂੰ ਕਿੱਥੇ ਲੈ ਕੇ ਚੱਲੇ ਨੇ ਉਹ ਪਾਗਲਖਾਨੇ ਨਹੀਂ ਪਹਿਲਾਂ ਇਹਨੂੰ ਡਾਕਟਰ ਨੂੰ ਦਿਖਾਵਾਂਗੇ ਅਸੀਂ ਇਹ ਬਿਜਲੀਆਂ ਲਵਾਵਾਂਗੇ ਆਪਾਂ ਬਿਜਲੀਆਂ ਲਵਾ ਕੇ ਠੀਕ ਉਹ ਬਿਜਲੀਆਂ ਨਾਲੇ ਕਾਹਨੂੰ ਯਾਰ ਪਹਿਲਾਂ ਟੈਸਟ ਹੁੰਦੇ ਹੁੰਦੇ ਨੇ ਕੋਈ ਬਿਜਲੀਆਂ ਬਾਜ ਨਹੀਂ ਲਵਾਉਂਦੇ ਕੋਈ ਨਾ ਟੈਨਸ਼ਨ ਨਾ ਲੈ ਤੂੰ ਟੈਸਟ ਟੂਸਟ ਕਰਾ ਕੇ ਦਵਾਈ ਦੂਈ ਦੇ ਦੂੰਗਾ ਆ ਜਾਓ ਆਉਣੇ ਆ ਹੋਰ ਉਹਦੇ ਟੋ ਵੀ ਲੈਣੇ ਨੇ 100 ਕਿੱਲੇ ਆਉਣੇ ਆ ਪੁੱਤ ਤੂੰ ਕਾਰ ਤੇ ਬਹਿ ਜਾ ਕੇ ਮੂਰੇ ਜਾ ਭਾਗ ਜਾ ਭਾਜ ਜਾ ਛੇਤੀ ਆ ਜਾਓ ਫਿਰ ਜਾ ਭਾਗ ਜਾ ਭਾਗ ਜਾ ਪੈਸੇ ਆ ਗਏ ਪੈਸੇ ਦਾ ਹਿਸਾਬ ਤਾਂ ਕਰ ਲਈਏ ਆਪਾਂ ਹੈ ਆ ਜਾ ਫਿਰ ਗੱਡੀ 'ਚ ਬੈਠਿਆ ਨਹੀਂ ਆਉਂਦਾ ਆ ਗਿਆ ਆ ਗਿਆ ਗੇਲੀ ਬੈਠਾ ਸੀ ਗੱਡੀ 'ਚ ਯਾਰ ਉਹ ਕਹਿੰਦੇ ਚਲਾ ਦੇ 5000 ਆਏ ਹੋਰ ਦੇ ਹੈਲੋ ਹਾਂ ਬਾਈ ਹਾਂ ਬਾਈ ਗੇਲੀ ਬੋਲਦਾ ਉਧਰ ਦੀ ਬੈਠਾ ਬਾਈ ਪਟਿਆਲੇ ਬਾਈ ਬਾਈ ਉੱਥੋਂ ਗੱਡੀ ਕਰਨੀ ਪਊ ਯਾਰ ਮੈਂ ਤਾਂ ਨਹੀਂ ਜਾ ਸਕਦਾ ਮੈਂ ਤਾਂ ਇੱਧਰ ਤਾਂ ਇਹ ਭਾਗੂ ਕ ਨਹੀਂ ਗਿਆ ਹੋਇਆ ਦੀ ਮੈਂ ਰਜਾਂਤ ਹੋਈਆਂ ਤੇਰੀ ਨੋਜਿੱਤੀ ਏ ਉਹ ਜੱਸੇ ਦਾ ਸਾਲ ਹੈ ਗਾਣਾ ਤਾਂ ਲਾ ਦੇ ਬਾਈ ਕੋਈ ਹਾਂ ਉਹ ਉਹਨੂੰ ਦਵਾਈ ਦਵਾ ਕੇ ਲਿਆਉਣੇ ਤਾਂ ਨੌਲੇ ਤੋਂ ਉਧਰ ਬਿਜਲੀਆਂ ਜੀਆਂ ਲਵਾ ਕੇ ਲਿਆਵਾਂਗੇ ਬੌਲ ਜੇ ਮਾਰੀ ਜਾਂਦਾ ਹਾਂ ਉੱਥੇ ਪਤਾ ਕਰਨਾ ਪਊ ਬਾਈ ਕਿਹੜੀ ਗੱਡੀ ਹੈ ਨਾ ਮੈਨੂੰ ਤਾਂ ਟਾਈਮ ਲੱਗ ਜੂ ਮੈਂ ਤਾਂ ਫਿਰ ਦਵਾਈ ਦਵਾਉਣ ਜਾ ਰਿਹਾ ਉਹਦੇ ਲਵਾ ਕੇ ਲਿਆਉਣੇ ਬਿਜਲੀਆਂ ਜੀਆਂ ਜੱਸੇ ਦਾ ਸਾਲਾ ਨਹੀਂ ਹੈਗਾ ਉਹ ਆ ਰਿਹਾ ਉਹਦੇ ਬਿਜਲੀਆਂ ਲਵਾ ਕੇ ਲਿਆਉਣੇ ਆ ਹਾਂ ਬਾਈ ਠੀਕ ਹੈ ਕਿਹਦੇ ਬਿਜਲੀਆਂ ਲਵਾ ਕੇ ਲਿਆਉਣੀਆਂ ਨੇ ਤੇਰੇ ਲਵਾ ਕੇ ਲਿਆਉਣੇ ਆ ਬੌਲ ਮਾਰੀ ਜਾਂਦਾ ਬਿਜਲੀਆਂ ਲਵਾ ਕੇ ਲਿਆਉਂਗਾ ਉਹ ਹੀ ਬੌਲ ਮਾਰੀ ਜਾਂਦਾ ਤੂੰ ਤਾਂ ਕਿੱਥੇ ਲੱਗਦੀਆਂ ਨੇ ਬਿਜਲੀਆਂ ਆ ਚੱਲਾਂਗੇ ਉਰੇ ਆਪਾਂ ਤਾਂ ਨੌਲੇ ਮੈਨੂੰ ਤਾਂ ਕਹਿੰਦੇ ਵਿਆਹ ਆ ਤੇਰਾ ਆ ਤੇਰੇ ਆਊ ਡੋਲਾ ਕੁੜੀ ਨੂੰ ਤੂੰ ਦੋ ਦਿਨਾਂ 'ਚ ਮਾਰ ਦੇਗਾ ਜਿਹੜੇ ਹਿਸਾਬ ਨਾਲ ਤੇਰੇ ਲੱਛਣ ਨੇ ਮੇਰੇ ਬਿਜਲੀ ਲਵਾ ਕੇ ਲਿਆਉਣੇ ਹੋਰ ਬਿਜਲੀਆਂ ਲਵਾ ਕੇ ਲਿਆਵਾਂਗੇ ਗੱਡੀ 'ਚੋਂ ਨਾ ਉੱਤਰ ਜੀ ਨਾਲੇ ਮੈਂ ਮੁਣੀ ਹੋ ਜਾਂਦਾ ਹੈਗਾ ਗੱਡੀ 'ਚੋਂ ਨਾ ਉੱਤਰ ਜੀ ਨਾਲੇ ਦੇਖ ਲੈ ਲੈ ਗੱਡੀ 'ਚੋਂ ਨਾ ਉੱਤਰ ਜੀ ਉਹ ਗੱਡੀ 'ਚੋਂ ਨਾ ਉੱਤਰ ਜੀ ਗੱਡੀ 'ਚੋਂ ਨਾ ਉੱਤਰ ਜੀ ਗੱਡੀ 'ਚੋਂ ਭੱਜ ਗਿਆ ਬਹੁਤ ਨੇ ਪੈਸੇ ਕਾਰ ਕੀ ਦੀ ਆ ਉਹ ਇਹਦਾ
ਭੈਣ ਤੋਂ ਲਿਆਂਦਾ ਛਾਜ ਲੇੜੇ ਤੋਂ ਆਪਣੇ ਮਿੱਤਰ ਹੈ ਬਾਲ ਨਾ ਪੈ ਤੂੰ ਨਾ ਨਾ ਮਸ ਆਪਾਂ ਤੇ ਤੇ ਲੈ ਕੇ ਜਾਵਾਂ ਕਿਰਾਏ ਕੋਲ ਚਲ ਆ ਜਾ ਉਹ ਕੋਈ ਨਾ ਪਿਆਰ ਨਾਲ ਹੀ ਰੱਖੂਗਾ ਕਿੱਧਰ ਚੱਲੀਏ ਚਲੇ ਜਾਂਦੇ ਯਾਰ ਕਿੱਧਰ ਚੱਲੀਏ ਕਿਉਂ ਉਹਦਾ ਜਿਹਦੇ ਬਿਜਨੀਆਂ ਲਵਾ ਕੇ ਲਿਆਉਣੇ ਨੇ ਸੋਡਾ ਪਣੋਈਆ ਤਿੰਨ ਰੂੜੀਆਂ ਟੱਪ ਗਿਆ ਭੱਜ ਗਿਆ ਉਹ ਭੱਜ ਗਿਆ ਉਹਦਾ ਮੇਰੇ ਮਾਰ ਕੇ ਮੁੱਕੇ ਆ ਜਾ ਭੱਜ ਗਏ ਓਏ ਮੋਟਰਸਾਈਕਲ ਕੱਢ ਓਏ ਮੋਟਰਸਾਈਕਲ ਤੂੰ ਚੱਕ ਲਿਆ ਇੱਕ ਮਿੰਟ ਕਿੱਧਰ ਗਿਆ ਇੱਧਰ ਗਿਆ ਇੱਦਾਂ ਦਾ ਟੱਪ ਗਿਆ ਤਿੰਨ ਰੂੜੀਆਂ ਟੱਪ ਗਿਆ ਉਹਦਾ ਉਰੇ ਬੈਠਾ ਓਏ ਹਾਲੇ ਇੱਕ ਭਰਤ ਦਾ ਕੰਮ ਚਲਾ ਰੱਖਿਆ ਉਰੇ ਤਾਂ ਏ ਹੈ ਮੈਂ ਤਾਂ ਹੀ ਤਾਂ ਇੱਥੇ ਬੁਲਾ ਲਿਆ ਤੈਨੂੰ ਹੋਰ ਆ ਦੇ ਕੰਮ ਹਾਂ ਆਪਣੇ ਟਰੈਕਟਰ ਨਾਲੇ ਪਾਉਣਿਆ ਵਧੀਆ ਬਣ ਜਾਂਦੀ ਆ ਦਿਹਾੜੀ ਜੀ ਬਣੀ ਜਾਂਦੀ ਆ ਵਧੀਆ ਤੂੰ ਵੀ ਕੰਮ ਕਰਨ ਨਾਲ ਹੈ ਕੰਮ ਕਾਰ ਵਧੀਆ ਕਰਦਾ ਵਿਆਹ ਕਰਾ ਲਾ ਹੁਣ ਗਜਰ ਦਿਆ ਲੈ ਵਿਆਹ ਕਰਾ ਲਾ ਅਜੇ ਹੁਣ ਤਾਂ ਪੜਿਆ ਆਉਣ ਲੱਗ ਕੇ ਫਿਰ ਝਾਕੇ ਕਿਸੇ ਨੇ ਨਹੀਂ ਕਰਨਾ ਤੇਰਾ ਡੋਲਾ ਹਜੇ ਹੁਣ ਤਾਂ ਪੜਿਆ ਵਿਆਹ ਕਰਾ ਲੈ ਕੰਦਾ ਟੱਪੇਗਾ ਲੋਕਾਂ ਦੀਆਂ ਫਿਰ ਕੀ ਫਾਇਦਾ ਕਰਦਿਆ ਕਰੋ ਨਾਲੇ ਹਿਸਾਬ ਕਿਤਾਬ ਟਾਈਮ ਸਿਰ ਅਸੀਂ ਸਾਨੂੰ ਵੀ ਵਿਆਜ ਪੈਂਦਾ ਗਾਹਾਂ ਤੋਂ ਕੋਈ ਨਾ ਹਾਂ 6500 ਹੋਇਆ ਅੱਜ ਆ ਬੋਲ ਲਾ ਕੰਜਰ ਦਾ ਭਲਾ ਤਾ ਲੈ ਐਡਾ ਲੱਸ ਕੀ ਹਿਸਾਬ ਹੈ ਕੋਈ ਬੋਲਣਾ 4 6 ਬਸ 6500 ਹੋ ਗਿਆ ਹੈ 6500 ਆ ਵੀ ਪਾ 500 ਦਾ ਅੱਛਾ ਹਾਂ ਹੁਣ ਹੋਇਆ ਲੈ ਆ ਚਲਾ ਲਈ 2000 ਦੇ ਨੋਟ ਆ ਉਹ ਪਏ ਆ 500 ਪਰ ਮੈਨੂੰ ਇਹਦੇ ਨਾਲ ਬਦਲ ਦੇ ਮਿਸਤਰੀ ਨੂੰ ਦੇਣੇ ਨੇ ਮਿਸਤਰੀ ਲਾਰ ਗਿਆ ਉਹ ਬਦਲ ਦੇਗਾ ਤਾਂ ਆ 500 ਦੇ ਤਰਲੇ ਪਏ ਬੌਲਾ ਨਹੀਂ ਬਣਦੇ ਓਏ ਮੈਨੂੰ ਬੈਂਕ ਜਾਣਾ ਪੂ ਇਹਨਾਂ ਵਾਸਤੇ ਕੋਈ ਨਾ ਗੱਲ ਹਾਂ ਇੱਕ ਲੇਟ ਤੇ ਲੈ ਇੱਕ ਨੋਟ ਐਡੇ ਦੇ ਗਿਆ ਕੰਮ ਜਾ ਤੀ 1000 ਤੇਰੇ ਤੱਕ ਹੈ ਹੁਣ ਕੀ ਰਹਿ ਗਿਆ ਨਿਬੜਦਾ ਗਿਆ ਤੁਹਾਡਾ ਸਾਰਾ ਕੰਮ ਪਹਿਲਾਂ ਤਾਂ ਮੈਨੂੰ ਆਇਆ ਦੱਸ ਰੌਲਾ ਤਾਂ ਨਹੀਂ ਪਾਉਂਦਾ ਕੀ ਹੋ ਗਿਆ ਛੋਟਾ ਜਿਹਾ ਕੰਮ ਜਾ ਦੱਸ ਕੀ ਹੋ ਗਿਆ ਆ ਕੰਜਰ ਦਾ ਮਗਰੀਲ ਜਿਹਾ ਚੱਲਦਾ ਨਹੀਂ ਬੰਦ ਹੋ ਗਿਆ ਭੈਣ ਦਾ ਯਾਰ ਮੈਂ ਕਰਦਾ ਇਹਨੂੰ ਮੱਥਾ ਜਿਹਾ ਮਰੀ ਜਾਂਦਾ ਇਹਦਾ ਲਾਈਟ ਜੀ ਨਹੀਂ ਲੱਗਦੀ ਇਹਦਾ ਹੈ ਇਹ ਕਿੱਥੋਂ ਲੈ ਲਿਆ ਤੈਂ ਲਿਆਂਦਾ ਲਿਆਂਦਾ ਕਿਤੋਂ ਫਿਰ ਤਾਂ ਮਹਿੰਗਾ ਫੋਨ ਹੈ ਹੈ ਇਹਦਾ ਮਹਿੰਗਾ ਫੋਨ ਅਸੀਂ ਸਸਤੇ ਆ ਬੰਦੇ ਬਥੇਰੇ ਮਹਿ ਗਿਆ ਸੀ ਤੈਂ ਕਾਹਦੇ ਵਾਸਤੇ ਲੈ ਜਾ ਤੈਨੂੰ ਆਉਂਦੀ ਨਹੀਂ ਪਹੁੰਚ ਆ ਬਥੇਰੀ ਪਹੁੰਚ ਆਪਣੀ ਇਹ ਜੀ ਗੱਲ ਨਹੀਂ ਚੱਲਦਾ ਨਹੀਂ ਕੰਜਰ ਦੇ ਦਾ ਪਤਾ ਨਹੀਂ ਗਿਆ ਸ਼ਰਮ ਦੇਖ ਰਿਹਾ ਦੀ ਬੰਦ ਹੋ ਗਿਆ ਲੈ ਲਾਈਟ ਜੀ ਉਹਦੀ ਬੁਝ ਗਈ ਇਹ ਤਾਂ ਬੈਟਰੀ ਲੋ ਹੈ ਕੀ ਹੋ ਗਿਆ ਬੈਟਰੀ ਲੋ ਹੈ ਇਹਦਾ ਬੈਟਰੀ ਮੁੱਕ ਗਈ ਹਾਂ ਤਰਾ ਲਿਆਉਣਾ ਫਿਰ ਤੈਨੂੰ ਇਹ ਤੋਂ ਹੋ ਤਰਾ ਲਿਆ ਆਹੋ ਤਰਾ ਲਿਆ ਆ ਜਾ ਉਹ ਇਹਦੇ ਚਾਰਜ ਲੱਗਦਾ ਹੁੰਦਾ ਹੈ ਇਹਦੇ ਨਾਲ ਚਾਰਜ ਆਇਆ ਹੋ ਇੱਕ ਮੈਨੂੰ ਨਹੀਂ ਪਤਾ ਕੀ ਆ ਮੈਨੂੰ ਤਾਂ ਆਹੀ ਦਿੱਤਾ ਜੀ ਬਾਲ ਵਿੱਚ ਚਾਰਜ ਪਊਗਾ ਇਹ ਪਊਗਾ ਤੈਂ ਕਦੇ ਵਾਸਤੇ ਲੈਂਦਾ ਹੈ ਫੋਨ ਮੈਂ ਤਾਂ ਕਾੜੂ ਲਿਆਂਦਾ ਇਹਦਾ ਦੇਤਾ ਕਿਸੇ ਨੇ ਐ ਕਿ ਮੈਂ ਉਹ ਦੇਖ ਲਾ ਮੈਂ ਤੇ ਅਸ਼ਰਮ ਦੇਖ ਲੈਣਾ ਚਾਨੂ ਨੇ ਤਾਂ ਨਹੀਂ ਦਿੱਤਾ ਹੈ ਹੈ ਬੌਲਾ ਲੈ ਐ ਨਹੀਂ ਬੋਲਦੇ ਉਹ ਮਾਸੀ ਲੱਗਦੀ ਐ ਤੇਰੀ ਮਾਸੀ ਕਿਉਂ ਲੱਗਦੀ ਐ ਹਾਂ ਨਾਲੇ ਚਾਨੂ ਮੈਨੂੰ ਕਿਉਂ ਦੇਊਗੀ ਭਾਈ ਚਾਨੂ ਇਹਦੇ ਕੋਲ ਹੋਊਗਾ ਤਾਂ ਆਪਣੇ ਘਰ ਵਾਲੇ ਨੂੰ ਕਿਉਂ ਨਹੀਂ ਮੈਂ ਚਾਨੂ ਦਾ ਕੀ ਲੱਗਦਾ ਐ ਕਿਉਂ ਨਹੀਂ ਦੇਊ 72000 ਤਾਂ ਗਿਆ ਹੈ ਹੈ ਕਿਹੜਾ ਕਹਿੰਦਾ ਲੈਂਟਰ ਤੇ ਕੌਣ ਕਹਿੰਦਾ ਸਾਰੇ ਪਿੰਡ ਨੂੰ ਪਤਾ ਲੱਗ ਰਿਹਾ ਹੈ ਪਿੰਡ ਦਾ ਪੈਦਾ 100 ਕੁਝ ਕਹੂਗਾ ਹੁਣ ਭੋਲਾ ਬਣ ਗਿਆ ਹਾਂ ਭੋਲਾ ਬਣ ਗਿਆ ਮੈਂ ਕਰ ਤੂੰ ਮੇਰਾ ਤਾਂ ਆਪ ਦਾ ਔਖਾ ਹੋਇਆ ਪਾ ਤੈਨੂੰ ਮਸਾ ਦਿੱਤੇ ਨੇ ਮੈਂ ਤਾਂ ਪੈਸੇ ਇਕੱਠੇ ਕਰਕੇ ਚੱਲ ਤੂੰ ਰਹਿਣ ਦਿਆ ਕਰ ਤੂੰ ਲੈ ਜਾ ਤੂੰ ਮੈਨੂੰ ਉਹ ਚਾਰਜ ਹੋਊ ਉਹ ਕਰਕੇ ਦੇ ਦੇ ਮੈਨੂੰ ਚਾਰਜ ਕਰ ਲਈ ਚਾਚੀ ਬਣਾਉਂਦੀ ਆ ਹੈ ਕਿਹੜੀ ਚਾਚੀ ਚਰਨੋ ਹਾਂ ਲੈ ਬੌਲਾ 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 ਕਿਉਂ ਨੇ ਟੀਚਰ ਕਰਦਾ ਜਵਾਕ ਜਵਾਕ ਵੀ ਗਏ ਗਿਆ ਟੀਚਰ ਕਰਦਾ ਮੈਂ ਆਉਣਾ ਤਾਂ ਇਹ ਹੁਣ ਤਾਂ ਸਾਰੇ ਪਿੰਡ ਨੂੰ ਪਤਾ ਲੱਗ ਰਿਹਾ ਮੰਨ ਜਿਆ ਕਰ ਕੋਈ ਨਾ ਆ ਚਾਰਜ ਆ ਕਰਕੇ ਮੈਂ ਆਉਣਾ ਹੈ ਕਰ ਦੂ ਚਾਰਜ ਤਾਂ ਮੈਂ ਕੋਈ ਨਾ ਦੱਸੀ ਨਾ ਕਿਸੇ ਨੂੰ ਹੈ ਰੌਲਾ ਹੈ ਜੀ ਦਾ ਹੈ ਜੀ ਦਾ ਸੱਚ ਰਸ ਮੇਰਾ ਚੋਰੀ ਕਰਕੇ ਤਾਂ ਨਹੀਂ ਕਿਸੇ ਦਾ ਸਿੱਟ ਗਿਆ ਮੇਰਾ ਦੇ ਦੀ ਮੈਂ ਆਉਣਾ ਜਾਣਦਾ ਕਰ ਤੂੰ ਕੋਈ ਨਾ ਰਾਮੀ ਆ ਕਹਿੰਦਾ ਲੰਗੜਾ ਜਾਏ ਵੀ ਤੇਰੇ ਨੱਕ ਵਾਲਾ ਕੋਕਾ ਦੱਸਦਾ ਨੀ ਤੂੰ ਤਾਂ ਕਰਨਾ ਸੀ ਧੋਖਾ ਹਾਏ ਗਿੰਦਰੋ ਨੀ ਤੂੰ ਤਾਂ ਕਰਨਾ ਸੀ ਧੋਖਾ ਨੂੰ ਮਰਾਗਾ ਤੂੰ ਤਾਂ ਨੀ ਹੈਗਾ ਤੀ ਓਏ ਇਹ ਕਜਰ ਦਾ ਕਮੇਟੀ ਨਹੀਂ ਬਣਿਆ ਜਾਂਦਾ ਹੈ ਤੂੰ ਦਿਆ ਓ ਤੂੰ ਦਿਆ ਖੇਤਾਂ ਬਾਹਰ ਵੀ ਲੱਗ ਗਿਆ ਮੁੜ ਕੇ ਵੀ ਨੀ ਦੇਖਦਾ
देखो इधर देख इधर कोठे गणी है हाय ओए चरी च देखो चरी च देखदा हाय अगला हां हो ए मरा गया दादा दा दा हो की गया खड़ जा पानी दी घुट पीना पहले ता ओए मरदा सा सा फुल गया हैं ओ तूते तूते आ हाय ओ बाबू हाय हैं ओए हाय हुन की दे उंगल लाती मरे साल ने हैं कानू लाई उंगल चोरी चोरी च नहीं है क्या वो हैं चोरी चोरी च नहीं है क्या ओहो ओहो यार किवें मार रहा थी कंजदा मिरखा सिंह वांगू भजदा ओए मारदा थी हैं ओए हैं हां मिरखा सिंह भजदा ऊपर आ जांदा मारदा हुंदा एड्डी साल 10 कीनू दित्ता होने भज्जा काको हैं ओए कानू यार ओदे थोड़ा जा दिमाग दे पर असर ਉਦਾ ਪਹਿਲਾਂ ਦੀ ਐ ਅਸੀਂ ਆਖਿਆ ਵੀ ਚੱਲ ਉਹਨੂੰ ਕੰਜਰ ਤਨੌਲੇ ਲੈ ਜੰਨੇ ਆ ਸਿਆਣੀ ਗੱਲ ਐ ਬਿਜਲੀਆਂ ਬੁਜਲੀਆਂ ਲਵਾ ਦਿੰਨੇ ਆ ਫਿਰ ਵੀ ਸਾਡੇ ਕੋਲੇ ਓਪਰਾ ਜਵਾਕ ਆਇਆ ਹੋਇਆ ਇਹਦਾ ਸਾਲਾ ਅਗਲਾ ਕਹਿੰਦਾ ਕੰਮ ਕਾਰ ਲੈ ਲਿਆ ਇਹਦੇ ਪਰੋਣੇ ਨੇ ਵੀ ਦਵਾਈ ਬੁੱਟੀ ਨਹੀਂ ਦਵਾਈ ਹਾਂ ਹਾਏ ਅੱਛਾ ਆ ਗੱਲ ਸੀ ਅਸੀਂ ਉਹਨੂੰ ਤੜਕੀ ਗੱਡੀ ਕਰਾ ਕੇ ਮਹਾ ਚੱਲ ਤੇਰੇ ਤਨੌਲੇ ਤੇਰੇ ਲੈ ਜਾਂਦੇ ਨਾਲੇ ਬਿਜਲੀਆਂ ਲਵਾ ਲੈਣਾ ਤੇਰੇ ਨਾਲ ਠੀਕ ਹੋ ਜਾਏਗਾ ਤੂੰ ਹਾਂ ਹਾਏ ਤੂੰ ਇਹ ਤਾਂ ਨਹੀਂ ਵਿਆਹਿਆ ਮੇਰਾ ਹਾਂ ਉਹ ਪੈਣ ਦਾ ਖਸਮਰ ਥੱਲੇ ਓਏ ਥੱਲੇ ਮੈਂ ਨਹੀਂ ਆਉਂਦਾ ਥੱਲੇ ਥੱਲੇ ਨਾ ਓਏ ਥੱਲੇ ਆ ਪੁੱਤਾ ਤੈਨੂੰ ਕਿਤੇ ਲੈ ਕੇ ਜਾ ਓਰੇ ਆ ਪੁੱਤ ਬਣ ਕੇ ਓਰੇ ਆ ਮੈਨੂੰ ਗੱਡੀ ਵਾਲੇ ਨੇ ਸਾਰਾ ਕੁਝ ਦੱਸਤਾ ਓਰੇ ਆ ਥੱਲੇ ਸ਼ੇਰ ਬਣ ਕੇ ਕਹਿੰਦੇ ਤੈਨੂੰ ਗੱਡੀ ਵਾਲਾ ਖੜਦੇ ਕੀ ਕਹਿੰਦੇ ਤੀ ਗੱਡੀ ਵਾਲਾ ਕਹਿੰਦਾ ਤੈਨੂੰ ਕਹਿੰਦਾ ਬਿਜਲੀ ਵਾਲਾ ਲਵਾ ਕੇ ਲਿਆਉਣਾ ਓਏ ਉਹੀ ਮਾਰਦਾ ਯਾਰ ਉਹ ਤਾਂ ਹਾਂ ਥੱਲੇ ਆ ਜੀ ਮੈਨੂੰ ਖੜ ਜਾ ਮੈਨੂੰ ਕਰ ਖੜ ਜਾ ਵੀਰੇ ਮੈਨੂੰ ਕਰਨ ਦੇ ਗੱਲ ਓ ਮੱਲਾ ਓ ਪੁੱਤਾ ਆ ਜਾ ਥੱਲੇ ਆ ਜਾ ਤੈਨੂੰ ਮੰਗਰਾਇਲ ਦਵਾਉਂਗਾ ਓ ਕਿਤੇ ਲੈ ਕੇ ਜਾਂਦਾ ਮੋਬਾਈਲ ਆ ਜਾ ਆ ਜਾ ਪੁੱਤ ਤੇਰਾ ਮੈਨੂੰ ਚੀਜੀ ਦਵਾਉਂਗਾ ਥੱਲੇ ਆ ਜਾ ਮੈਂ ਤਾਂ ਕੋਈ ਮੇਰੀ ਰੋਟੀ ਜਾਮਣ ਦੀ ਫੜਾ ਜਾ ਕਰੋ ਆਪਾਂ ਨੂੰ ਦੇ ਆ ਕਹਦੇ ਤੂੰ ਤੇਰੂ ਸਰਪੰਚ ਬਣਾਉਣਾ ਪਿੰਡ ਦਾ ਕਿਉਂ ਵੇਖੇ ਲੈਣਾ ਤੂੰ ਥੱਲੇ ਆ ਜਾ ਹਾਏ ਮੈਂ ਨਹੀਂ ਬਣਦਾ ਕਹਦੇ ਤੂੰ ਤਾਂ ਸਿਆਣਾ ਹੀ ਬਾਲਾ ਇਹਦਾ ਸਰਪੰਚ ਕਰ ਦੋ ਆ ਆ ਲੈ ਕੁੱਤੇ ਮੈਨੂੰ ਸਾਰਾ ਕੁਝ ਪਤਾ ਤੁਸੀਂ ਬਾਲਾ ਬਾਲਾ ਕਰੀ ਮੇਰੇ ਸਾਲਿਓ ਥੋਨੇ ਪਰਾ ਹਟ ਗਈ ਚਮੜਾ ਕੇ ਨੂੰ ਤਾਰਾ ਮੈਂ ਖਰਚਾ ਯਾਰਾ ਜੋ ਤਹਾ ਤੋ ਥੱਲੇ ਓਏ ਸਿਰ ਪਾੜੇਗਾ ਕੱਜਾ ਖੇੜੇਗਾ ਤੂੰ ਖਰਚਾ ਮੇਰੇ ਸਾਲ ਦੇ ਮਿੰਟ ਮਰੂ ਟੁੱਟਣ ਜਾ ਸੁਰ ਮੈਂ ਨਿਕਲਦੇ ਹਟ ਗਿਆ ਰਾ ਲਾਟ ਗਿਆ ਰਾ ਥੱਲੇ ਓਏ ਖਰਚਾ ਕੁੱਤੇ ਮੇਰੀ ਗੱਲ ਸੁਣਾ ਤੇਰਾ ਜੀਜਾ ਨਹੀਂ ਤੈਨੂੰ ਕਿਤੇ ਵੀ ਲੈ ਕੇ ਆਉਂਦਾ ਜਾ ਥੱਲੇ ਤੂੰ ਹੀ ਤਾਂ ਲੈ ਕੇ ਜਾਂਦਾ ਸੀ ਨਹੀਂ ਪੁੱਤ ਮੈਂ ਨਹੀਂ ਲੈ ਕੇ ਤੇਰਾ ਪਹਿਲੇ ਪੇੜਾ ਤੇਰਾ ਚੌਰਿਆ ਮਾਂ ਕੀ ਡਾਂਗ ਸੱਜੀ ਖਰਜਾ ਭੈਣ ਦੇਗਾ ਤੈਨੂੰ ਮੈਂ ਪਹਿਲਾਂ ਕਹਿ ਦਿਆ ਨਹੀਂ ਮੰਨਦਾ ਹੈ ਥੱਲੇ ਮੇਰੇ ਸਾਲ ਦਾ ਨਹੀਂ ਗਡਾਸਾ ਲੈ ਕੇ ਉੱਤੇ ਮੈਂ ਦੌੜਦਾ ਨਹੀਂ ਆ ਥੱਲੇ ਮੈਂ ਨਹੀਂ ਆਉਂਦਾ ਕੰਜਰ ਦੇ ਕਾਡੂ ਡਰਾਉਣੇ ਹੋ ਆਉਣਾ ਥੱਲੇ ਕੀ ਆਈਏ ਉਪਰ ਓਏ ਆ ਥੱਲੇ ਆ ਗਿਆ ਮੈਂ ਨਹੀਂ ਆਉਂਦਾ ਆਉਂਦਾ ਨਹੀਂ ਦੇਖਦਾ ਉੱਤੀ ਆਉਂਦਾ ਹਾਂ ਤੂੰ ਸਾਲ ਮਾਰ ਕੇ ਮਰੂ ਓਏ ਥੱਲੇ ਆ ਜਾ ਓਏ ਓ ਜੱਸੇ 1 2 3 ਕੁਛ ਨਹੀਂ ਕਰਦਾ ਓ ਜੱਸੇ ਇਹਦਾ ਬੋਲਿਆ ਨਹੀਂ ਪਾਇਆ ਤਾਂ ਤੋ ਛਾਲ ਥੱਲੇ ਛਾਲ ਮਾਰ ਉਰੀ ਰਹਿ ਫਿਰ ਆਈ ਤੂੰ ਥੱਲੇ ਆਈ ਮੇਰੇ ਮੇਰੀ ਗੱਲ ਸੁਣ ਲੈ ਬੰਦਾ ਬਣ ਜਾ ਥੱਲੇ ਆ ਜਾ ਕੁਛ ਨਹੀਂ ਕਹਿੰਦਾ ਕੁੱਤਾ ਕੰਪਨੀ ਨਹੀਂ ਕਰਾਉਂਗਾ ਪੁੱਤ ਨਹੀਂ ਤੇਰੇ ਮਾਰ ਮਾਰ ਕੇ ਡਲੇ ਤੇਰਾ ਤਾਂ ਲੱਤਾਂ ਤੋੜ ਦਾਂਗੇ ਸੀ ਕਹਿੰਦਾ ਨਹੀਂ ਲੈ ਕੇ ਜਾਂਦੇ ਗੱਡੀ ਵਾਲਾ ਵੀ ਪਾ ਕੇ ਸੁਣੂ ਆਏ ਪਤਾ ਮੈਂ ਸਾਰੇ ਜਨ ਨੌਲ ਚ ਪਤਾ ਮੈਨੂੰ ਉਹ ਪਤਾ ਮੈਨੂੰ ਤੈਨੂੰ ਸਾਰਾ ਕੁਝ ਪਤਾ ਜਾ ਆ ਰਹਾ ਹਾਂ ਆਏ ਵੀ ਪਤਾ ਮੈਨੂੰ ਪੰਜਾਬ ਦੀ ਰਾਜਧਾਨੀ ਪਤਾ ਕੀ ਆ ਕੀ ਆ ਦੱਸ ਅੜਕਵਾਸ ਹਾਂ ਅੜਕਵਾਸ ਆ ਜਾ ਪੁੱਤਾਂ ਦੇ ਥੱਲੇ ਕਾਹਨੂੰ ਅੜਕਵਾਸ ਆ ਪੁੱਤ ਖਨੌਰੀ ਐ ਹਾਂ ਆ ਜਾ ਆ ਜਾ ਆਏ ਥੱਲੇ ਆ ਜਾ ਦੀ ਡੰਡਾ ਲਵੇ ਦੇਖਦੀ ਰਾਜਧਾਨੀ ਇਹਨੂੰ ਤਾਂ ਤਾਰ ਲੋ ਫੱਫੜ ਨੂੰ ਓਏ ਓਏ ਉਰੇ ਆ ਪੁੱਤ ਉਰੇ ਉਰੇ ਲੱਗਦਾ ਲੈ ਜੋ ਆਖੜ ਦਾ ਕੰਮ ਮੇਰੀ ਗੱਲ ਸੁਣਾ ਮੇਰੇ ਤੇ ਯਕੀਨ ਕਰ ਮੈਂ ਨਹੀਂ ਲੈ ਕੇ ਜਾਂਦਾ ਤੈਨੂੰ ਠੀਕ ਐ ਓਏ ਆ ਜਾ ਮੱਲਾ ਮੇਰਾ ਸੌ ਖਾ ਪੱਲਾ ਮੇਰੀ ਭੈਣ ਦੀ ਸੌ ਲੱਗੇ ਤੇਰੀ ਭੈਣ ਦੀ ਭੈਣ ਦੀ ਸੌ ਆ ਕੇ ਕਿੱਥੇ ਨਹੀਂ ਲੈ ਕੇ ਜਾਂਦੇ ਤੈਨੂੰ ਆ ਜਾ ਆ ਜਾ ਆ ਜਾ ਆ ਗਿਆ ਹਾਏ ਲੈ ਕਰਿਓ ਜਦੋਂ ਥੱਲੇ ਆ ਗਏ ਨਾ ਬਾਹਾਂ ਲਿਓ ਮਸੋੜ ਮੇਰੇ ਸਾਈਜ਼ ਦੀਆਂ ਪਹਿਲਾਂ ਤਾਂ ਚਾਰ ਮਰ ਧੌਣ ਚ ਮੁੱਕਿਆ ਗੱਡੀ ਬੁਲਾ ਲੈਣਾ ਮੈਂ ਗੱਡੀ ਛੱਟੂ ਨੂੰ ਮੈਨੂੰ ਆ ਤਾਂ ਜਾਣ ਦੇ ਉਹਨੂੰ ਦਾਖਲ ਕਰਾ ਦੇ ਸੁਣਦਾ ਮੈਨੂੰ ਸਾਰਾ ਕੁਝ ਗੱਡੀ ਕਰਾ ਮੰਗਾ ਲੈਣਾ ਮੈਂ ਨਹੀਂ ਆ ਕਹਿੰਦੇ ਤੇ ਵੀ ਗੱਡੀ ਵਾਲੇ ਨੂੰ ਕਰਾਇਆ ਦੇ ਤੂੰ ਤੋਰ ਉਹਦਾ ਦੇ ਤਾਂ ਆਪਾਂ ਕਰਾਇਆ ਦਾ ਆ ਜਾ ਪੁੱਤ ਆ ਜਾ ਹੋਰ ਆ ਵਾ ਤੇਰੀ ਕੁੱਤਾ ਕੁੱਤਾ ਕੰਪਨੀ ਰੀਲ ਕਰਾਉਂਗਾ ਤੇਰੀ ਮੈਂ ਕੱਪੜੇ ਨੇ ਕਿੱਥੋਂ ਲੈ ਓਏ ਹੈ ਹੈ ਆ ਆ ਆ ਹਾ 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 ਮੇਰਾ ਪੁੱਤ ਦੇਖਾ ਸਾਲੀ ਦੇਖ ਕੇ ਆ ਜਾ ਦੇ ਸਵਾਰ ਤਸੰਦੀਲਾ ਲੱਗਦਾ ਜਮੀ ਹੈ ਆ ਸੂਟ ਦਾ ਆਰਡਰ ਹੋ ਗਿਆ ਚਲ ਇਹ ਕਿੰਨਾ ਸੋਹਣਾ ਗਾਉਂਦਾ ਹੈ ਹੋਰ ਆ ਜਾ ਲੈ ਜੋੜੀ ਸਾਡੀ ਟੱਕਰ ਦੀ ਟੱਕਰ ਦੀ ਹੈ ਕਰਦੇ ਹਾਂ ਤੂੰ ਗੱਭਰੂ ਨੂੰ ਖੌਰੇ ਜੂਣ ਸੁਧਰ ਜਾਏ ਟੱਕਰ ਦੀ ਟੱਕਰ ਦੀ ਆ ਜਾ ਤੂੰ ਥੱਲੇ ਹਾਂ ਬਹੁਤ ਸੋਹਣਾ ਹਾਂ ਉਹ ਕਰਦੇ
ਪੰਜਾਬ ਕਰਦੇ ਪੰਜਾਬ ਸਟੈਪ ਪਾੜੇ ਪੰਜਾਬ ਓਏ ਪੰਜਾਬ ਬੋਤਾ ਹਾਂ ਬੋਤਾ ਜਾਲਾ ਚੁੰਮਰ ਵਾਲਾ ਚੁੰਮਰ ਚੁੰਮਰ ਵਾਲੇ ਚੁੰਮਰ ਵਾਲਾ ਚੰਗਾ ਆ ਜਾ ਥੱਲੇ ਆ ਜਾ ਥੱਲੇ ਹੁਣ ਆ ਚੁੰਮਰ ਆ ਆ ਜਾ ਜਾ ਥੱਲੇ ਆ ਜਾ ਆ ਜਾ ਥੱਲੇ ਪੁੱਤ ਬਣ ਕੇ ਹਾਂ ਜੋੜੀ ਸਾਡੀ ਟੱਕਰ ਦੀ ਟੱਕਰ ਦੀ ਥੱਲੇ ਨਾ ਨਾ ਇਹਨੂੰ ਓਏ ਓ ਬਿੰਦੀ ਖਰਾਬ ਹੋ ਜਾ ਆ ਓ ਬਿੰਦੀ ਭਿੱਜ ਗਈ ਪਸੀਨੇ ਨਾਲ ਹਾਂ ਕੁੰਡਲਾ ਵਾਲੇ ਵਾਲ ਹਾਂ ਮੇਰਾ ਸਾਲਾ ਕੋਠੇ ਦੇ ਥੱਲੇ ਛਾਲ ਮਾਰ ਦੂ ਅਰੇ ਹੱਥ ਬੰਨ ਖਰਜਾ ਪਾ ਹਜੇ ਮੈਨੂੰ ਬੋਲਾ ਕਹਿੰਦੇ ਹੋ ਤੁਸੀਂ ਨਾ ਤੂੰ ਸਿਆਣਾ ਪੁੱਤ ਆ ਜਾ ਸਾਰੇ ਸਟੈਪ ਆਉਂਦੇ ਨੇ ਆ ਜਾ ਆਪਾਂ ਦੱਸਾਂਗੇ ਬਿਜਲੀ ਅੱਜ ਜੱਸੇ ਲੈ ਕੇ ਜਾਵਾਂਗੇ ਉੱਥੇ ਵਾ ਚਾਦਰਾ ਸਾਂਭਲਾ ਕੰਜਰ ਰਿਆ ਆ ਜਾ ਆ ਜਾ ਆ ਜਾ ਮੈਂ ਤਾਂ ਬੋਲ ਦਿਆ ਬਹੁਤ ਸੋਹਣਾ ਬਹੁਤ ਵਧੀਆ ਆ ਜਾ ਆ ਜਾ ਥੱਲੇ ਆ ਕੇ ਕਰ ਆਹਾ ਹਾ ਕੋਠੇ ਨਾਲ ਡਿੱਗੀ ਤੇ ਥੱਲੇ ਆ ਜਾ ਉਰੇ ਆ ਜਾ ਉਰੇ ਕਰ ਉਰੇ ਬਹੁਤ ਸੋਹਣੇ ਕਰਦਾ ਤੂਰੇ ਆ ਆ ਖੁੱਲ ਮੁੱਲਾ ਡੁੱਲਾ ਆ ਜਾ ਉਰੇ ਕਰ ਮੇਰੇ ਸਾਦੇ ਨੂੰ ਪੈਰ ਥੱਲੇ ਉਤਰ ਗਿਆ ਨਾ ਪੈਰ ਰੱਖੀ ਰੱਖ ਲਿਆ ਨਾ ਨਾ ਥੱਲੇ ਆ ਥੱਲੇ ਪੈਰ ਦਾ ਰੱਖ ਲਈ ਪੈਰ ਰੱਖੀ ਮਰੇ ਪੈਰ ਮਾਰ ਦਿੱਤਾ ਆ ਹੈ ਦੇਖ ਮਰਨ ਵਾਲੇ ਮਰੇਗਾ ਹਾ 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 ਲੈ ਲੈ ਲੱਛਣ ਇੰਨਾ ਵਧੀਆ ਸਿੱਖ ਰਿਹਾ ਆ ਜਾ ਜਾ ਫੜ ਕੇ ਰੱਖੀ ਪੌੜੀ ਆ ਜਾ ਜਾ ਫੜ ਕੇ ਰਾਇ ਝਾੜੀਆਂ ਦਿਖਾਈ ਜਾਂਦਾ ਹੈ ਹਾਂ ਮੇਰਾ ਸ਼ੇਰ ਕਿੰਨਾ ਸਿਆਣਾ ਹੈ ਓਏ ਪੂਰੇ ਪਾਸ ਸਟੈਪ ਪੂਰੇ ਪਾਸ ਪੂਰੇ ਸਟੈਪ ਪੂਰੇ ਪਾਸ ਬਾਹਰ ਨਹੀਂ ਆ ਰਿਹਾ ਪੂਰੇ ਪਾਸ ਨੱਚ ਕੇ ਤਾਂ ਖੜ ਲਾ ਖਾਸ ਮੋ ਖੜ ਲਾ ਖੜ ਜਾ ਓ ਖੜ ਜਾ ਖੜ ਜਾ ਸੇ ਮੈਨੂੰ ਪਤਾ ਦੱਸੇ ਓ ਕਾਹਨੂੰ ਆਇਆ ਨਾ ਮੇਰੀ ਗੱਲ ਸੁਣ ਪੁੱਤ ਮੇਰੀ ਗੱਲ ਸੁਣ ਸ਼ੇਰ ਬਣ ਕੇ ਨਾ ਕੁਛ ਨਹੀਂ ਕਹਿਣਾ ਕੁਛ ਨਹੀਂ ਕਹਿਣਾ ਕੁਛ ਨਹੀਂ ਕਹਿਣਾ ਓਏ ਔਖਾ ਹੈ ਔਖਾ ਓ ਤੰਗ ਹੈ ਤੰਗ ਹੈ ਤੰਗ ਹੈ ਤੰਗ ਹੈ ਤੰਗ ਹੈ ਵਿਚਾਰਾ ਤੰਗ ਹੈ ਤੰਗ ਹੈ ਕੁਛ ਨਹੀਂ ਕਹਿੰਦਾ ਤੰਗ ਹੈ ਤੰਗ ਹੈ ਓਏ ਔਖਾ ਓਏ ਕਾਹਨੂੰ ਇਹਦੇ ਬਸ ਦੀ ਗੱਲ ਨਹੀਂ ਵੀਰ ਖੜਾ ਹੋ ਖੜਾ ਤਾਂ ਹੋ ਨਹੀਂ 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 ਕੋਈ ਬਿਜਲੀ ਨਹੀਂ ਲਾਉਂਦੇ ਕੁਛ ਨਹੀਂ ਲਾਉਂਦੇ ਮੇਰੀ ਗੱਲ ਸੁਣ ਠੀਕ ਹੈ ਇਹ ਤਾਂ ਭਜਦਾ ਨਹੀਂ ਭਜਦਾ ਮੇਰੀ ਗੱਲ ਸੁਣ ਪੁੱਤ ਦਵਾਈ ਦਵਾ ਦਾਂਗੇ ਤੇਰਾ ਭਲਾ ਹੋ ਜਾਊਗਾ ਗੱਡੀ ਗੁੱਡੀਆਂ ਖੜ ਜਾ ਇਹਨੂੰ ਐ ਕਰੋ ਇਹਨੂੰ ਮੇਰੀ ਗੱਲ ਸੁਣ ਮੱਲਾ ਤੈਨੂੰ ਦਵਾਈ ਦਵਾ ਦਾਂਗੇ ਪੁੱਤ ਤੇਰੀ ਜੂਨ ਸੁਧਰ ਜੂ ਮੈਂ ਨਹੀਂ ਆਂਦਾ ਹੈ ਮੈਂ ਨਹੀਂ ਆਂਦਾ ਕੁਛ ਨਹੀਂ ਕੱਲੇ ਤੇਰੇ ਟੈਸਟ ਕਰਾ ਕੇ ਲਿਆਵਾਂਗੇ ਦਵਾਈ ਦਵਾ ਲਿਆਵਾਂਗੇ ਬਸ ਨਹੀਂ ਲਵਾਉਂਦੇ ਬਿਜਲੀਆਂ ਚੱਲ ਚੰਗਾ ਘਰੇ ਚੱਲ ਲੈ ਚੱਗਾ ਮਰੂਦ ਖਾ ਆ ਜਾ ਘਰੇ ਚੱਲ ਓਏ ਮਰੂਦ ਐ ਕਰ ਇਹਨੂੰ ਮਰੂਦ ਖਾ ਲੈ ਆ ਛੱਡ ਦੇ ਇਹਨੂੰ ਖਿੱਚ ਕੱਢ ਦੇ ਮਰੂਦ ਖਾ ਲੈ ਅਦਰਖ ਫੇਰ ਨੂੰ ਫੜ ਇਧਰ ਮੈਂ ਕਿਵੇਂ ਖਿੱਚੋਗੇ ਮੈਂ ਤੂੰ ਜੱਸੀ ਨਾਲ ਲਵਾ ਜੋ ਉਧਰ ਉਧਰ ਪਿੱਛੇ ਨਹੀਂ ਛੱਡ ਨਹੀਂ ਸੁਣ ਛੱਡ ਉਹ ਤੇਰੀ ਨਾ ਜਾ ਇੱਕ ਦੋ ਤਿੰਨ ਕਈ ਦੇ ਨਾ ਸਹੀ ਸਾ ਇੱਕ ਦੋ ਹਾ ਇਹ ਲੈ ਆ ਗਿਆ ਆ ਗਿਆ ਇਹ ਲੈ ਲਾ ਜੋਰ ਮਾਰ ਇਧਰ ਨੂੰ ਫਿਰ ਰਾਖੀ ਖੜ ਤੂੰ ਪਾਣੀ ਲਿਆ ਕੇ ਦੇ ਝੱਟ ਹੋਰ ਲਾਵਾਂਗੇ ਭਾਜੇ ਨਾਲ ਖੜ ਜਾ ਪਿੱਛੇ ਕਿਤੇ ਜੋਰ ਮੇਰੇ ਸਾਲੇ ਚੰਨਾ ਹੋਰ ਲਾਉਂਗੇ ਝੱਟ ਹੈ ਖੜ ਜਾ ਦਿੰਦੇ ਤੈਨੂੰ ਮੇਰਾ ਸਾਲਾ ਧੂਫ ਤੈਨੂੰ ਮੇਰੀ ਗੱਲ ਹੱਥ ਛੁੱਟ ਗਿਆ ਭੈਣ ਦੇ ਖਤਮ ਉਧਰ ਖੜੇ ਮੱਖੀ ਆਪਣੀ
ਹੱਥ ਛੁੱਟ ਕੇ ਦਿੰਦਾ ਛੇਤੀ ਆ ਜਰਾ ਮੈਂ ਤਾਂ ਢਿੱਡ ਇਕੱਠਾ ਕਰਤਾ ਕਿਉਂ ਨੇ ਛੁੱਟ ਗਿਆ ਦੀ ਓਏ ਇਧਰ ਇਧਰ ਪਾ ਇਧਰ ਪਛੱਤ ਪਾ ਨੂੰ ਓ ਕਾਣੋ ਐ ਨਾ ਕਰ ਬੱਲੇਗਾ ਫਰੇ ਇਹ ਤਾਂ ਵਿਚਰ ਗਿਆ ਮੇਰਾ ਹਾਂ ਨਹੀਂ ਪਰੋਣ ਐ आजा मसला